ਬਿਜਲੀ ਦੇ ਖੰਭੇ ਤੇ ਕੰਮ ਕਰਦੇ ਨੌਜਵਾਨ ਦੀ ਥੱਲੇ ਡਿੱਗਣ ਕਾਰਨ ਮੌਤ ਹੋ ਗਈ। ਜਦੋਂ ਉਹ ਇਸ ਟਾਵਰ ਤੇ ਕੰਮ ਕਰ ਰਿਹਾ ਹੁੰਦਾ ਹੈ ਤਾਂ ਅਚਾਨਕ ਕਰੰਟ ਆ ਜਾਂਦਾ ਹੈ, ਜਿਸ ਕਾਰਨ ਕਰੰਟ ਲੱਗਦੇ ਸਾਰ ਹੀ ਉਹ 60 ਫੁੱਟ ਉੱਚੇ ਟਾਵਰ ਤੋਂ ਥੱਲੇ ਡਿੱਗ ਜਾਂਦਾ ਹੈ, ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਤੇ ਹੁਣ ਉਸਦਾ ਪ੍ਰੋਬੇਸ਼ਨ ਪੀਰੀਅਡ ਵੀ ਖਤਮ ਹੋਣ ਵਾਲਾ ਸੀ, ਪਰ ਪ੍ਰੋਬੇਸ਼ਨ ਪੀਰੀਅਡ ਖਤਮ ਹੋਣ ਤੋਂ ਪਹਿਲਾਂ ਹੀ ਉਸਦੇ ਨਾਲ ਇਹ ਭਾਣਾ ਵਾਪਰ ਗਿਆ। ਨੌਜਵਾਨ ਦੀ ਉਮਰ ਤਕਰੀਬਨ 28 ਸਾਲ ਦੀ ਦੱਸੀ ਜਾ ਰਹੀ ਹੈ, ਜੋ ਮੋਗਾ ਦੇ ਪਿੰਡ ਡਗਰੂ ਦਾ ਰਹਿਣ ਵਾਲਾ ਸੀ। ਗੁਰਦੀਪ ਸਿੰਘ ਬਿਜਲੀ ਵਿਭਾਗ ਦੇ ਵਿੱਚ ਸਹਾਇਕ ਲਾਈਨਮੈਨ ਦੇ ਤੌਰ ਤੇ ਕਰੀਬ 4 ਸਾਲ ਤੋਂ ਕੰਮ ਕਰ ਰਿਹਾ ਸੀ ਅਤੇ ਬਿਜਲੀ ਠੀਕ ਕਰਨ ਦੇ ਲਈ ਪਿੰਡ ਡਗਰੂ ਦੇ ਵਿੱਚ 11 ਕੇਵੀ 60 ਫੁੱਟ ਉੱਚੇ ਟਾਵਰ ਤੇ ਕੰਮ ਕਰ ਰਿਹਾ ਸੀ, ਜਿਸਦਾ ਪਰਮਿਟ ਵੀ ਲਿਆ ਹੋਇਆ ਸੀ ਕਿ ਅਚਾਨਕ ਕਰੰਟ ਆ ਗਿਆ ਤੇ ਗੁਰਦੀਪ ਉਸਦੀ ਚਪੇਟ ਵਿੱਚ ਆ ਗਿਆ ਤੇ 60 ਫੁੱਟ ਉੱਚੇ ਟਾਵਰ ਤੋਂ ਜ਼ਮੀਨ ਤੇ ਆ ਕੇ ਡਿੱਗ ਗਿਆ, ਜਿਸ ਦੇ ਚਲਦੇ ਉਸਦੀ ਮੌਤ ਹੋ ਗਈ। ਉੱਥੇ ਟਾਵਰ ਤੇ ਗੁਰਦੀਪ ਇਕੱਲਾ ਹੀ ਕੰਮ ਕਰ ਰਿਹਾ ਸੀ ਤੇ ਉਸਦਾ ਸਾਥੀ ਅਗਲੇ ਖੰਭੇ ਤੇ ਕੰਮ ਕਰ ਰਿਹਾ ਸੀ। ਅੱਜ ਬਹੁਤ ਦੁੱਖ ਦੀ ਗੱਲ ਹੈ ਵੀ ਸਾਡਾ ਸਾਥੀ ਸਹਾਇਕ ਲਾਈਨਮੈਨ ਸਾਥੀ ਗੁਰਦੀਪ ਸਿੰਘ ਪਿੰਡ ਨਿਧਾਲਾ, ਜੋ ਡਗਰੂ ਸਾਊਡਨ ਦੇ ਵਿੱਚ ਕੰਮ ਕਰਦਾ ਸੀਗਾ, ਔਰ ਉਹਨੂੰ ਅੱਜ ਸਵੇਰੇ ਜਦੋਂ ਲਾਈਨ ਦੇ ਵਿੱਚ ਕੰਮ ਕਰ ਰਿਹਾ ਸੀਗਾ ਤਾਂ ਉਹਨੂੰ ਕਰੰਟ ਲੱਗਣ ਕਰਕੇ ਉਹਦੀ ਡੈਥ ਹੋ ਗਈ ਆ। ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਪਿਛਲੇ ਸਮੇਂ ਦੇ ਵਿੱਚ ਅਸੀਂ ਬਹੁਤ ਰੌਲਾ ਪਾਉਂਦੇ ਰਹੇ ਮੈਨੇਜਮੈਂਟ ਨਾਲ, ਇੱਥੋਂ ਦੇ ਅਧਿਕਾਰੀਆਂ ਨਾਲ, ਵੀ ਜੋ ਠੇਕੇਦਾਰੀ ਸਿਸਟਮ ਹੈ, ਠੇਕੇਦਾਰੀ ਸਿਸਟਮ ਦੇ ਵਿੱਚ ਲਾਈਨਾਂ ਜਿਹੜੇ ਇੱਕ ਖੰਭੇ 'ਤੇ 3-3 ਲਾਈਨਾਂ ਚੱਲਦੀਆਂ, ਔਰ ਉਹਦਾ ਅੱਜ ਮੁੱਖ ਕਾਰਨ, ਹਾਦਸੇ ਦਾ ਕਾਰਨ ਇਹ ਬਣਿਆ ਵੀ ਉਸ ਖੰਭੇ 'ਤੇ ਜਿਹੜਾ ਸਾਥੀ ਕੰਮ ਕਰ ਰਿਹਾ ਸੀਗਾ ਉਹਦੇ 'ਤੇ 2 ਤਾਂ 11 ਕੇਵੀ ਲਾਈਨਾਂ ਚੱਲਦੀਆਂ ਸੀਗੀਆਂ ਅਤੇ 2 ਉਹਦੇ ਜਿਹੜੇ ਹੈਗੇ LTE ਲਾਈਨਾਂ ਚੱਲਦੀਆਂ ਸੀਗਾ, ਜਿਹਦੇ ਕਰਕੇ ਸਾਥੀ ਨੂੰ ਜਿਹੜਾ ਉਹ ਅੱਜ ਸਾਡੇ ਵਿੱਚੋਂ ਵਿਛੜ ਗਿਆ। ਔਰ ਲਗਾਤਾਰ ਅਸੀਂ ਸਮਝਦੇ ਹਾਂ ਵੀ ਜੇ ਅਸੀਂ ਇਹ ਮੰਗ ਕਰ ਰਹੇ ਹਾਂ ਵੀ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ, ਮਹਿਕਮੇ ਦੇ ਤੌਰ 'ਤੇ ਕੰਮ ਕਰਾਇਆ ਜਾਵੇ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਮਹਿਕਮੇ ਦੇ ਤੌਰ 'ਤੇ ਕੰਮ ਕਰਾਇਆ ਜਾਂਦਾ ਸੀਗਾ ਉਹਦੇ ਵਿੱਚ ਘੱਟ ਤੋਂ ਘੱਟ ਜੋ ਸਾਡੇ ਕਰਮਚਾਰੀ ਆ ਜੋ ਫੀਲਡ ਦੇ ਵਿੱਚ ਕੰਮ ਕਰਦੇ ਘੱਟੋ ਘੱਟ ਉਹਨਾਂ ਨੂੰ ਲਾਈਨਾਂ ਦਾ ਪਤਾ ਹੁੰਦਾ ਸੀ ਵੀ ਇਹ ਲਾਈਨ ਕਿੱਥੋਂ ਚੱਲਦੀ ਹੈ, ਕਿਵੇਂ ਚੱਲਦੀ ਆ। ਦੂਸਰੀ ਗੱਲ, ਲਗਾਤਾਰ ਸਾਡੇ ਸਟਾਫ ਦੀ ਘਾਟ ਕਾਰਨ ਅੱਜ ਜੋ ਹਾਦਸੇ ਵਾਪਰੇ ਆ, ਹਾਦਸੇ ਹੋ ਰਹੇ ਆ, ਇਕੱਲਾ ਇਕੱਲਾ ਸਾਥੀ ਸਾਡਾ ਜਿਹੜਾ ਉਹ ਫੀਡਰਾਂ ਦੇ ਵਿੱਚ ਕੰਮ ਕਰ ਰਿਹਾ, ਇਕੱਲਾ ਇਕੱਲਾ ਸਾਥੀ ਜਿਹੜਾ ਉਹ ਜਿਹੜਾ ਲਾਈਨਾਂ 12-12 13-13 ਲਾਈਨਾਂ ਸਾਡੇ ਜਿਹੜੇ 11 ਕੇਵੀ ਚੱਲਦੀਆਂ ਨੇ, ਤਾਂ ਉਹ ਲਗਾਤਾਰ ਸਾਥੀ 2-2 ਸਾਥੀ ਜਿਹੜੇ ਹੈਗੇ ਆ ਉਹ ਕੰਮ ਕਰ ਰਹੇ ਸੀਗੇ। ਅੱਜ ਵੀ ਸਾਥੀ ਗੁਰਦੀਪ ਸਿੰਘ ਰਾਤ ਨੂੰ ਉਸੇ ਮਤਲਬ ਫੀਡਰ 'ਤੇ 12:30-1 ਵਜੇ ਦੇ ਲਗਭਗ ਘਰੇ ਗਿਆ ਕੰਮ ਕਰਕੇ। ਔਰ ਅੱਜ 2 ਸਾਥੀ ਸੀਗੇ, 2 ਸਾਥੀਆਂ ਨੂੰ ਉਹਨਾਂ ਦਾ ਕੰਮ ਜ਼ਿਆਦਾ ਹੋਣ ਕਰਕੇ ਸਾਥੀ ਜਿਹੜਾ ਗੁਰਦੀਪ ਸਿੰਘ ਦੀ ਡੈਥ ਹੋਈ ਆ, ਉਸ ਦੂਜੇ ਸਾਥੀ ਨੂੰ ਕਹਿੰਦਾ ਵੀ ਤੂੰ ਅਗਲੇ ਖੰਭੇ 'ਤੇ ਕੰਮ ਕਰ ਲੈ, ਮੈਂ ਇਸੇ ਖੰਭੇ 'ਤੇ ਕੰਮ ਕਰ ਲੂੰਗਾ। ਔਰ ਇਕੱਲਾ ਇਹ ਸਾਥੀ ਉਹ ਕੰਮ ਕਰ ਰਿਹਾ ਸੀਗਾ ਜੋ ਕਿ ਹਾਦਸੇ ਦਾ ਕਾਰਨ ਹੋਇਆ। ਔਰ ਲਗਾਤਾਰ ਸਾਡੇ ਜੋ ਮੁਲਾਜ਼ਮਾਂ ਦੀ ਘਾਟ ਆ, ਸਭ ਤੋਂ ਵੱਡੀ ਗੱਲ ਤਾਂ ਇਹ ਵੀ ਸਾਡੇ ਮੁਲਾਜ਼ਮ ਦੀ ਘਾਟ ਹੋਣ ਕਰਕੇ ਲਗਾਤਾਰ ਅਸੀਂ ਇੱਥੋਂ ਦਾ ਜਿਹੜੇ ਅਧਿਕਾਰੀ ਆ ਬਿਜਲੀ ਬੋਰਡ ਦੇ ਮੈਨੇਜਮੈਂਟ ਦੇ ਜਾਂ ਪਾਵਰਕੌਮ ਦੇ ਜਾਂ ਇੱਥੋਂ ਦੇ ਆਪਣਾ ਜੇ ਪੰਜਾਬ ਸਰਕਾਰ ਦੇ ਮੰਗ ਕਰਦੇ ਹਾਂ ਵੀ ਨਵੀਂ ਭਰਤੀ ਦਾ ਪ੍ਰਬੰਧ ਕੀਤਾ ਜਾਵੇ। ਅਤੇ ਗੁਰਦੀਪ ਸਿੰਘ ਇਹ ਸਾਡਾ ਪ੍ਰਮੋਸ਼ਨ ਪੀਰੀਅਡ ਹੁੰਦਾ 3 ਸਾਲ ਦਾ, ਔਰ ਲਗਭਗ ਮੇਰੇ ਖਿਆਲ 3 ਸਾਲ ਉਹਨਾਂ ਨੂੰ ਪੂਰੇ ਹੋਣ ਵਾਲੇ ਸੀਗੇ, ਹੋ ਗਏ ਸੀਗੇ, 4.5 ਸਾਲ ਹੋ ਗਏ ਸੀਗੇ। ਇਹ ਬਿਜਲੀ ਬੋਰਡ ਐਂ ਰੱਖਦੇ ਵੀ 3 ਸਾਲ ਦਾ ਪ੍ਰਮੋਸ਼ਨ ਪੀਰੀਅਡ ਹੁੰਦਾ ਜੀ, 3 ਸਾਲ ਦੇ ਵਿੱਚ ਉਹਨਾਂ ਸਾਥੀਆਂ ਨੂੰ 8,085 ਤਨਖਾਹ ਮਿਲਦੀ ਆ, ਔਰ 3 ਸਾਲ ਬਾਅਦ ਜਦੋਂ ਉਹਦਾ ਪ੍ਰਮੋਸ਼ਨ ਪੀਰੀਅਡ ਪੂਰਾ ਹੋ ਜਾਂਦਾ, ਪਰ ਕਾਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਸ ਤੋਂ ਬਾਅਦ ਉਹਨਾਂ ਨੂੰ ਪੂਰੀ ਤਨਖਾਹ ਦਿੰਦਾ। ਔਰ ਇਹ ਸਾਥੀ ਦਾ ਜਿਹੜਾ ਹੈਗਾ ਉਹ ਪ੍ਰਮੋਸ਼ਨ ਪੂਰਾ ਹੋ ਗਿਆ ਸੀਗਾ, ਪ੍ਰਮੋਸ਼ਨ ਪੀਰੀਅਡ ਪੂਰਾ ਹੋ ਗਿਆ ਸੀਗਾ, ਔਰ ਹੁਣ ਸਾਥੀ ਨੂੰ ਭਲੋ ਤਨਖਾਹ ਚੰਗੀ ਵਧੀਆ ਮਿਲਣ ਲੱਗ ਗਈ ਸੀਗੀ। ਡਿਊਟੀ ਦੌਰਾਨ ਦੀ
ਅਚਾਨਕ ਮੌਤ ਹੋਈ ਹੈ ਜਿਹੜੀ, ਅਤੇ ਸਰਕਾਰ ਤੋਂ ਕੀ ਮੰਗ? ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਜੋ ਇਹਦਾ ਮੁਆਵਜ਼ਾ ਬਣਦਾ ਪਾਵਰਕੌਮ ਵੱਲੋਂ, ਜੋ ਵੀ ਹੈਗਾ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ, ਔਰ ਜੋ ਵੀ ਮੁਆਵਜ਼ਾ ਬਣਦਾ ਉਹ ਮਤਲਬ ਛੇਤੀ ਤੋਂ ਛੇਤੀ ਇਹਨੂੰ ਦਵਾਇਆ ਜਾਣ। ਔਰ ਅੱਜ ਦੇ ਖਾਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਵੀ ਨਵੀਂ ਭਰਤੀ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ, ਤਾਂ ਕਿ ਜੋ ਸਾਡੇ ਹਾਦਸਿਆਂ ਦਾ ਜਿਹੜਾ ਮੇਨ ਕਾਰਨ ਇਹ ਆ ਵੀ ਇਕੱਲਾ ਸਾਥੀ 24-24 ਘੰਟੇ ਅਸੀਂ ਕੰਮ ਕਰ ਰਹੇ ਸੀ, ਆਹ ਵੀ ਸਾਥੀ ਜਿਹੜੇ ਖੜ੍ਹੇ ਆ ਸਾਰੇ 24-24 ਘੰਟੇ ਕੰਮ ਕਰ ਰਹੇ। ਇਹ ਬਹੁਤ ਮੰਦਭਾਗੀ ਘਟਨਾ ਹੋਈ ਆ ਜੀ ਪਿੰਡ 'ਚ। ਪਿੰਡ ਬਹੁਤ ਵਧੀਆ ਮੁੰਡਾ ਸੀਗਾ ਜੀ, ਇਹ ਕੰਮ ਕਰਦਾ ਸੀਗਾ ਮਹਿਕਮੇ 'ਚ, ਅਤੇ ਇਹ 11 KV ਕਦੇ ਲੈਂਡ ਦਾ ਕੋਈ ਫਾਲਟ ਸੀਗਾ ਜੀ। ਗ੍ਰੀਨ ਸਿਟੀ ਸਾਡਾ ਫੀਡਰ ਪੈਂਦਾ ਜੀ, ਉਹ 'ਤੇ ਫਾਲਟ ਸੀਗਾ, ਉਹ ਅਤੇ ਉਹਦਾ ਕੰਮ ਕਰ ਰਹੇ ਸੀਗੇ ਜੀ। ਅਚਾਨਕ ਸਮਝ ਨਹੀਂ ਆਈ, ਪਰਮਿਟ ਲਿਆ ਹੋਇਆ ਸੀਗਾ, ਪਤਾ ਨਹੀਂ ਕਿਵੇਂ ਕਰੰਟ ਆਇਆ ਜੀ, ਅਤੇ ਇਹ ਮੁੰਡਾ ਉੱਤੋਂ 60 ਫੁੱਟ ਟਾਵਰ ਤੋਂ ਡਿੱਗ ਗਏ ਥੱਲੇ, ਅਤੇ ਡਿੱਗਦਿਆਂ ਸਾਰੀ ਮੌਤ ਹੋ ਗਈ। ਅਤੇ ਸਾਡੀ ਮੰਗ ਆਈ ਸਰਕਾਰ ਨੂੰ ਵੀ ਇਹਦੇ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇ, ਅਤੇ ਇਹਦਾ ਪਿੰਡ 'ਚ ਬਹੁਤ ਸੌਂਕ ਦੀ ਲੇਅਰ ਆਈ, ਬਹੁਤ ਵਧੀਆ ਮੁੰਡਾ ਸੀਗਾ ਜੀ। ਕਿੰਨੀ ਏਜ ਕਿੰਨੀ ਸੀ? ਏਜ ਮੁੰਡੇ ਦੀ 28-29 ਸਾਲ ਮੁੰਡੇ ਦੀ ਏਜ ਸੀਗੀ, ਇਹ ਨਵਾਂ ਹੀ ਭਰਤੀ ਹੋਇਆ ਸੀਗਾ ਜੀ, ਬਹੁਤ ਹੋਣਹਾਰ ਮੁੰਡਾ ਸੀਗਾ। ਹਾਂਜੀ, ਅਨਮੈਰਿਡ ਹੀ ਸੀਗਾ ਜੀ ਮੁੰਡਾ। ਪਿੰਡ 'ਚ ਬਹੁਤ ਸੋਗ ਆਈ, ਬਹੁਤ ਵਧੀਆ ਮੁੰਡਾ ਸੀਗਾ, ਹਰ ਇੱਕ ਦੇ ਆਖੇ ਲੱਗਣ ਵਾਲਾ ਕੰਮ, ਅਤੇ ਵੀ ਆਪਦੀ ਡਿਊਟੀ ਵੀ ਪੂਰੀ ਤਨਦੇਹੀ ਨਾਲ ਨਿਭਾਉਣ ਵਾਲਾ ਜੀ। ਅਤੇ ਇਹ ਮੇਰੀ ਇਹੀ ਅਪੀਲ ਆ ਜੀ, ਸਰਕਾਰ ਨੂੰ ਵੱਧ ਤੋਂ ਵੱਧ ਪਰਿਵਾਰ ਨੂੰ ਮਦਦ ਦਿੱਤੀ ਜਾਵੇ। ਅਤੇ ਠੀਕ ਸਰ, ਉਹ ਨਾ ਗੁਰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨਿਧਾਂ ਵਾਲਾ, ਜੋ ਕਰੀਬ 4 ਸਾਲ ਤੋਂ ਬਿਜਲੀ ਮਹਿਕਮੇ ਵਿੱਚ ਅਡੀਸ਼ਨਲ ਲੈਂਡਮੈਨ ਦੀ ਜੋਬ 'ਤੇ ਲੱਗਾ ਹੋਇਆ ਸੀ, ਅਤੇ ਜੋ ਅੱਜ 11 ਵਜੇ ਦੇ ਕਰੀਬ ਡਰੋਲੀ ਭਾਈ ਮੋੜ 'ਤੇ ਬਣੇ ਟਾਵਰ 'ਤੇ ਲਾਈਟ ਠੀਕ ਕਰਨ ਵਾਸਤੇ ਚੜ੍ਹਿਆ ਸੀ, ਜਿਸ ਨੂੰ ਅਚਾਨਕ ਕਰੰਟ ਲੱਗਣ ਕਰਕੇ 60 ਫੁੱਟ ਨੀਚੇ ਡਿੱਗਣ ਕਰਕੇ ਉਸਦੀ ਮੌਕੇ 'ਤੇ ਮੌਤ ਹੋ ਗਈ। ਕੀ ਕਾਰਵਾਈ ਕੀਤੀ? ਉਸਦੇ ਵਾਰਸਾਂ ਦੇ ਕਹਿਣ 'ਤੇ 174 ਦੀ ਕਾਰਵਾਈ ਕੀਤੀ ਗਈ ਸੀ।